ਪਰਮ ਸਤਿਕਾਰਯੋਗ ਸਰੋਤਾ ਜਨੋ, ਅੱਜ ਮੈਂ ਆਪ ਜੀ ਦੇ ਸਾਹਮਣੇ ਦੇਸ਼ ਦੀ ਆਜ਼ਾਦੀ ਅਤੇ ਅੱਜ ਕੱਲ੍ਹ ਦੇਸ਼ ਦੇ ਹਾਲਾਤਾਂ ਬਾਰੇ ਇੱਕ ਕਵਿਤਾ ਕਹਿਣ ਜਾ ਰਿਹਾ ਹਾਂ। ਇਹ ਆਜ਼ਾਦੀ ਸਾਡੇ ਬਜ਼ੁਰਗਾਂ ਨੇ ਬੜੇ ਮਹਿੰਗੇ ਮੁੱਲ ਲਈ ਹੈ, ਸਿਰ ਦੇ ਕੇ ਲਈ ਹੈ, ਜੇਲ੍ਹਾਂ ਦੇ ਵਿੱਚ ਰਹਿ ਕੇ ਲਈ ਹੈ। ਤੋ ਇਸ ਬਾਰੇ ਗੱਲ ਕਰਨ ਜਾ ਰਿਹਾ ਹਾਂ ਕਿ ਭਾਰਤ ਦੇਸ਼ ਗੁਲਾਮ ਬਣਾ ਕੇ ਤੇ ਕਰ ਰਹੇ ਅੰਗਰੇਜ਼ ਮਨਮਾਨੀਆਂ ਸੀ। ਭਾਰਤ ਦੇਸ਼ ਗੁਲਾਮ ਬਣਾ ਕੇ ਤੇ ਕਰ ਰਹੇ ਅੰਗਰੇਜ਼ ਮਨਮਾਨੀਆਂ ਸੀ। ਆ ਕੇ ਜੋਸ਼ ਸਿਰਾਂ ਤੇ ਬੰਨ ਕੱਫਣ, ਸਿਰ ਦਿੱਤੇ ਤਦ ਸਿਰਾਂ ਦੇ ਦਾਨੀਆਂ ਸੀ। ਆ ਕੇ ਜੋਸ਼ 'ਚ ਸਿਰਾਂ ਤੇ ਬੰਨ ਕੱਫਣ, ਆ ਸਿਰ ਦਿੱਤੇ ਤਦ ਸਿਰਾਂ ਦੇ ਦਾਨੀਆਂ ਸੀ। ਹਿੰਦੂ ਮੁਸਲਿਮ ਤੇ ਸਿੱਖਾਂ ਨੇ ਉਸ ਵੇਲੇ ਲੇਖੇ ਦੇਸ਼ ਦੇ ਲਾਈਆਂ ਜ਼ਿੰਦਗਾਨੀਆਂ ਸੀ। ਉਦੋਂ 70% ਪੰਜਾਬੀਆਂ ਨੇ ਦਿੱਤੀਆਂ ਦੇਸ਼ ਦੇ ਲਈ ਕੁਰਬਾਨੀਆਂ ਸੀ। ਉਦੋਂ 70% ਪੰਜਾਬੀਆਂ ਨੇ ਦਿੱਤੀਆਂ ਦੇਸ਼ ਦੇ ਲਈ ਕੁਰਬਾਨੀਆਂ ਸੀ ਤੇ ਆਪਣੇ ਲਹੂ ਚ ਤਾਰੀਆਂ ਲਾ ਕੇ ਤੇ ਅਸਾਂ ਮੁੱਲ ਆਜ਼ਾਦੀ ਦਾ ਤਾਰਿਆ ਸੀ। ਆਪਣੇ ਲਹੂ ਚ ਤਾਰੀਆਂ ਲਾ ਕੇ ਤੇ ਅਸਾਂ ਮੁੱਲ ਆਜ਼ਾਦੀ ਦਾ ਤਾਰਿਆ ਸੀ। ਉਹ ਜਿਹੜਾ ਦੁੱਖ ਨਾ ਕੋਈ ਸਹਾਰ ਸਕਿਆ, ਸਾਡੇ ਵੱਡਿਆਂ ਉਹ ਸਹਾਰਿਆ ਸੀ। ਜਿਹੜਾ ਦੁੱਖ ਨਾ ਕੋਈ ਸਹਾਰ ਸਕਿਆ, ਸਾਡੇ ਵੱਡਿਆਂ ਉਹ ਸਹਾਰਿਆ ਸੀ। ਸਾਡੇ ਸਿਰਾਂ ਤੇ ਭਾਜੀ ਸੀ ਜਿਨ੍ਹਾਂ ਚਾੜੀ, ਹੱਥੋ ਹੱਥ ਨਿਉਂਦਰਾ ਤਾਰਿਆ ਸੀ। ਰੱਸੇ ਫਾਂਸੀ ਦੇ ਚੁੰਮ ਕੇ ਦੇਸ਼ ਭਗਤਾਂ, ਆਪਾਂ ਦੇਸ਼ ਆਜ਼ਾਦੀ ਲਈ ਵਾਰਿਆ ਸੀ। ਰੱਸੇ ਫਾਂਸੀ ਦੇ ਚੁੰਮ ਕੇ ਦੇਸ਼ ਭਗਤਾਂ, ਆਪਾਂ ਦੇਸ਼ ਆਜ਼ਾਦੀ ਲਈ ਵਾਰਿਆ ਸੀ। ਜਿਹੜੇ ਦੇਸ਼ ਆਜ਼ਾਦੀ ਦੇ ਲਏ ਸੁਪਨੇ, ਜਿਹੜੇ ਦੇਸ਼ ਆਜ਼ਾਦੀ ਦੇ ਲਏ ਸੁਪਨੇ, ਉਹ ਸੁਪਨੇ ਨਹੀਂ ਹੋਏ ਸਾਕਾਰ ਅੱਜ ਤੱਕ ਜਾਤੀ ਭਾਸ਼ਾ ਤੇ ਧਰਮ ਲਈ ਸੋਚ ਵੱਖਰੀ ਆਪੋ ਵਿੱਚ ਨਹੀਂ ਮਿਲਦੇ ਵਿਚਾਰ ਅੱਜ ਤੱਕ। ਪੈਸੇ ਬਿਨਾਂ ਨਹੀਂ ਕੋਈ ਵੀ ਕੰਮ ਹੁੰਦਾ, ਹਰ ਦਫ਼ਤਰ 'ਚ ਭ੍ਰਿਸ਼ਟਾਚਾਰ ਅੱਜ ਤੱਕ, ਤੇ ਦਰ ਦਰ ਦੀਆਂ ਠੋਕਰਾਂ ਖਾ ਰਹੇ ਨੇ ਪੜ੍ਹੇ ਲਿਖੇ ਹੋਏ ਬੇਰੁਜ਼ਗਾਰ ਔਰਤਾਂ, ਦਰ ਦਰ ਦੀਆਂ ਠੋਕਰਾਂ ਖਾ ਰਹੇ ਨੇ ਪੜ੍ਹੇ ਲਿਖੇ ਹੋਏ ਬੇਰੁਜ਼ਗਾਰ ਅੱਜ ਤੱਕ, ਤੇ ਚਾਰੇ ਪਾਸੇ ਤੋਂ ਚਿੰਤਾ ਨੇ ਘੇਰੇ ਆਏ, ਚਾਰੇ ਪਾਸੇ ਤੋਂ ਚਿੰਤਾ ਨੇ ਘੇਰੇ ਆਏ। ਜਿਉਣਾ ਹੋਇਆ ਏ ਬੜਾ ਮੁਹਾਲ ਅੱਜ ਕੱਲ, ਵਿਦਿਆ ਬੜੀ ਹੀ ਮਹਿੰਗੀ ਹੈ ਹੋ ਚੁੱਕੀ, ਫੀਸਾਂ ਵੱਧ ਰਹੀਆਂ ਨੇ
ਹਰ ਸਾਲ ਅੱਜ ਕੱਲ ਲੱਖਾਂ ਬਿਨਾ ਇਲਾਜ ਨਹੀਂ ਹੋ ਸਕਦਾ, ਲੱਖਾਂ ਬਿਨਾ ਇਲਾਜ ਨਹੀਂ ਹੋ ਸਕਦਾ, ਸਸਤਾ ਕੋਈ ਵੀ ਨਹੀਂ ਹਸਪਤਾਲ ਅੱਜ ਕੱਲ ਕਰ ਰਹੇ ਕਿਸਾਨ ਨੇ ਖੁਦਕਸ਼ੀਆਂ, ਕਰਜ਼ੇ ਵਿੱਚ ਫਸਿਆ ਵਾਲ ਵਾਲ ਅੱਜ ਕੱਲ ਕਰ ਰਹੇ ਕਿਸਾਨ ਨੇ ਖੁਦਕਸ਼ੀਆਂ, ਕਰਜ਼ੇ ਵਿੱਚ ਫਸਿਆ ਵਾਲ ਵਾਲ ਅੱਜ ਕੱਲ ਲੋਕਤੰਤਰ ਦੀ ਥਾਂ ਤੇ ਭੀੜ ਤੰਤਰ, ਲੋਕਤੰਤਰ ਦੀ ਥਾਂ ਤੇ ਭੀੜ ਤੰਤਰ, ਥਾਂ ਥਾਂ ਰਿਹਾ ਏ ਖੰਭ ਖਿਲਾਰ, ਇੱਥੇ ਦਿਨ ਦਿਹਾੜੇ ਹੀ ਪੁਲਿਸ ਦੇ ਸਾਹਮਣੇ ਏ ਗੱਡੀਆਂ ਸਾੜ ਤੇ ਬੰਦੇ ਰਿਹਾ ਮਾਰ, ਇੱਥੇ ਬਾਲ ਗ੍ਰਹਿਆਂ ਦੇ ਵਿੱਚ ਮਾਸੂਮ ਬੱਚੀਆਂ ਵੈਸੀ ਹਫਸਦਾ ਹੋਈਆਂ ਸ਼ਿਕਾਰ, ਇੱਥੇ ਨੌਜਵਾਨਾਂ ਦੀ ਜਾਨ ਦੇ ਜੋ ਦੁਸ਼ਮਣ ਹੋ ਰਿਹਾ ਚਿੱਟੇ ਦਾ ਜਾਚਕ ਵਪਾਰ, ਇੱਥੇ ਨੌਜਵਾਨਾਂ ਦੀ ਜਾਨ ਦਾ ਜੋ ਦੁਸ਼ਮਣ ਹੋ ਰਿਹਾ ਚਿੱਟੇ ਦਾ ਜਾਚਕ ਵਪਾਰ, ਇੱਥੇ ਤੋ ਕਈ ਸਾਲ ਹੋ ਗਏ ਆਜ਼ਾਦ ਹੋਇਆ, ਕਈ ਸਾਲ ਹੋ ਗਏ ਆਜ਼ਾਦ ਹੋਇਆ, ਇਹਨਾਂ ਹਾਲਾਤਾਂ ਤੋਂ ਆਪਾਂ ਆਜ਼ਾਦ ਹੋਈਏ, ਘੁਣ ਵਾਂਗ ਸਮਾਜ ਨੂੰ ਖਾ ਰਹੀਆਂ ਜੋ ਜਾਤਾਂ ਪਾਤਾਂ ਤੋਂ ਆਪਾਂ ਆਜ਼ਾਦ ਹੋਈਏ, ਡਰ ਘਿਰਨਾ ਦੀਆਂ ਮੱਸਿਆ ਵਾਂਗ ਜੋ ਨੇ, ਡਰ ਘਿਰਨਾ ਦੀਆਂ ਮੱਸਿਆ ਵਾਂਗ ਨੇ ਜੋ ਕਾਲੀਆਂ ਰਾਤਾਂ ਤੋਂ ਆਪਾਂ ਆਜ਼ਾਦ ਹੋਈਏ, ਜੋ ਗੁਲਾਮੀ ਦਾ ਦੇਣ ਅਹਿਸਾਸ ਜਾਚਕ ਉਹਨਾਂ ਬਾਤਾਂ ਤੋਂ ਆਪਾਂ ਆਜ਼ਾਦ ਹੋਈਏ, ਜੋ ਗੁਲਾਮੀ ਦਾ ਦੇਣ ਅਹਿਸਾਸ ਜਾਚਕ ਉਹਨਾਂ ਬਾਤਾਂ ਤੋਂ ਆਪਾਂ ਆਜ਼ਾਦ ਹੋਈਏ, ਉਹਨਾਂ ਬਾਤਾਂ ਤੋਂ ਆਪਾਂ ਆਜ਼ਾਦ ਹੋਈਏ, ਉਹਨਾਂ ਬਾਤਾਂ ਤੋਂ ਆਪਾਂ ਆਜ਼ਾਦ ਹੋਈਏ।